ਨਮਸਕਾਰ ਓਮ ਸ਼ਾਂਤੀ ਸਤਿਗੁਰੂ ਕਰਤਾ ਪ੍ਰਖਿਅ ਮੈਂ ਤੁਹਾਡਾ ਸਵਾਗਤ ਕਰ ਦਿਆ ਤੇ ਨਾਲੇ ਜਿਹੜਾ ਇਹ ਪ੍ਰੋਗਰਾਮ ਹੈ ਸਾਡੇ ਪ੍ਰਸ਼ਨ ਤੇ ਜਿਹੜੇ ਉੱਤਰ ਦਿੰਦੇ ਹਨ ਸਾਡੇ ਭਰਾ ਨਿਰਵੇਰ ਪਾਈ ਸਾਹਿਬ ਜਿਹੜੇ ਗਿਆਨ ਦੇ ਬਿਲਕੁਲ ਖਜ਼ਾਨਾ ਲੈ ਕੇ ਆਪਣੇ ਸਾਥ ਚੱਲੇ ਵੇ ਪ੍ਰਮਾਤਮਾ ਦਾ ਅਨੁਭਵ ਆਪਣੇ ਸਾਥ ਲੈ ਕੇ ਚੱਲੇ ਵੇ ਉਹਨਾਂ ਦੇ ਅਸੀਂ ਅਨੁਭਵ ਸੁਣਦੇ ਆਂ ਤੇ ਜਿਹੜੇ ਸਾਡੇ ਪ੍ਰਸ਼ਨ ਹੈ ਉਹਦਾ ਆਨਸਰ ਸਾਨੂੰ ਦਿੰਦੇ ਆਂ ਆਈਏ ਸਵਾਗਤ ਕਰਦੇ ਆਂ ਸਾਡੇ ਨਿਰਵੇਰ ਪਾਈ ਸਾਹਿਬ ਦਾ ਸਤਿਗੁਰੂ ਕਰਤਾ ਪ੍ਰਖਿਅ ਪਾਜੀ ਸਤਿਗੁਰੂ ਕਰਤਾ ਫਰਸ਼ੁ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਪਾਜੀ ਅੱਜਕਲ ਜਿਹੜਾ ਕਰੋਨਾ ਦਾ ਵਾਤਾਵਰਨ ਹੈ ਹਰ ਇੱਕ ਘਰ ਚ ਭਏ ਬੈਠਿਆ ਵਾ ਬਹੁਤ ਉਸ ਤੇ ਕਿਦਾਂ ਬਚੀਏ ਜੋ ਡਰੇਗਾ ਸੋ ਮਰੇਗਾ ਸਿੱਧੀ ਗੱਲ ਹੈ ਤੇ ਡਰੋ ਨਹੀਂ ਉਹਦੇ ਵਾਸਤੇ ਜੋ ਤੁਸੀਂ ਟੀਵੀ ਤੇ ਵੀ ਦੇਖਦੇ ਹੋ ਵੀ ਕੀ ਧਿਆਨ ਰੱਖਣਾ ਹੈ ਆਪਣੇ ਸਵੱਛਤਾ ਦਾ ਧਿਆਨ ਰੱਖਣਾ ਹੈ ਆਪਣੇ ਹੱਥਾਂ ਦਾ ਧਿਆਨ ਰੱਖਣਾ ਹੈ ਔਰ ਉਸ ਦੇ ਨਾਲ-ਨਾਲ ਆਪਣੇ ਕੋਲ ਇਹ ਦੇਖੋ ਮੈਂ ਜੇਬ 'ਚ ਰੱਖੀ ਆ ਆਪਣੇ ਬਾਹਰ ਜਦੋਂ ਨਿਕਲੋ ਕਰ ਤੋਂ ਤੇ ਇਹ ਲਗਾ ਲਓ ਇਸ ਤਰਾ ਤਾ ਕਿ ਜਿਹੜੀ ਬਾਹਰ ਦੀ ਹਵਾਈ ਉਹ ਫਿਲਟਰ ਹੋ ਕੇ ਤੁਸੀਂ ਸਵਾਸ ਲਓ ਤੇ ਇਹ ਮਾਮੂਲੀ ਜੀਆਂ ਗੱਲਾਂ ਹੀ ਔਰ ਉਸ ਤੇ ਨਾਲ ਨਾਲ ਬੁੜੀ ਸਿੱਧੀ ਸਾਹ ਦੀ ਗੱਲ ਹੈ ਤੁਸੀਂ ਪਿੰਡਾਂ ਚ ਕਾੜੇ ਵੀ ਪਿੰਦੇ ਹੋ ਤੁਹਾਨੂੰ ਪਤਾ ਹੀ ਹੈ ਅੱਛਾ ਪੰਜਾਬੀਆਂ ਨੂੰ ਸਭ ਤੋਂ ਅੱਛੀ ਚੀਜ਼ ਕੀ ਲੱਗਦੀ ਹੈ ਯਾ ਤੇ ਦੁੱਧ ਅੱਛਾ ਲੱਗਦਾ ਹੁਣ ਅੱਜ ਕੱਲ ਦੁੱਧ ਕੋਈ ਪੀਂਦਾ ਹੀ ਨਹੀਂ ਤੇ ਚਾਹ ਪੀਂਦੇ ਤੇ ਚਾਹ ਪਿਓ ਚਾਹ ਦੇ ਵਿੱਚ ਥੋੜਾ ਜਿਹਾ ਅਦਰਕ ਔਰ ਥੋੜਾ ਜਿਹਾ ਤુલਸੀ ਦੇ 2-3 ਪੱਤੇ ਪਾ ਦਿਓ ਉਹ ਵਾਲ ਕਰਕੇ ਸਵੇਰੇ ਸ਼ਾਮ ਦੋ ਵਾਰ ਅਗਰ ਚਾਹ ਪੀਂਦੇ ਹੋ ਉਹ ਪੀ ਲਿਆ ਕਰੋ ਔਰ ਜਦੋਂ ਪਾਣੀ ਪੀਣਾ ਹੀ ਪਾਣੀ ਪੀਣਾ ਚਾਹੀਦਾ ਹੈ ਲੇਕਿਨ ਉਹ ਵੀ ਗੁੰਗੁਣਾ ਪਾਣੀ ਪੀਓ ਔਰ ਦੂਸਰਾ ਹੈ ਕਿ ਜਦੋਂ ਸਵੇਰੇ ਜਾਂ ਸ਼ਾਮੀ ਸਨਾਨ ਪਾਣੀ ਕਰਦੇ ਹੋ ਤੇ ਉਸ ਵੇਲੇ ਨਮਕ ਪਾਣੀ ਲੈ ਕਰਕੇ ਥੋੜੇ ਗਾਰਗਲਸ ਕਰੋ ਨੱਕ ਅਗਰ ਤੁਹਾਨੂੰ ਜਲ ਨੇਤੀ ਕਰਨੀ ਆਉਂਦੀ ਹੈ ਤੇ ਪਾਣੀ ਲੈ ਕੇ ਨੱਕ ਤੋਂ ਮੂੰਹ ਦੇ ਜ਼ਰੀਏ ਕੱਢ ਦਿਓ ਤਿੰਨ ਚਾਰ ਵਾਰ पांच बार ਤੇ ਉਹਨੂੰ ਸਾਫ਼ ਕਰਦੇ ਹੋ ਤੇ ਤੁਹਾਨੂੰ ਕੁਝ ਨਹੀਂ ਹੋਏਗਾ ਬਿਲਕੁਲ ਨਿਰਸੰਕਲਪ ਹੋ ਜਾਓ ਇਹ ਸਾਡੀ ਆਪਣੀ ਪਰਸਨਲ ਹਾਈਜੀਨ ਦੇ ਕਾਰਨ ਹੀ ਸਾਰੀ ਗੜਬੜਾਉਂਦੀ ਹੈ ਕਰੋਨਾ ਹੋਰ ਕੁਝ ਨਹੀਂ ਹੈ ਵਾਇਰਸ ਵਾਇਰਸ ਕਹਿੰਦੇ ਰਹਿੰਦੇ ਆ ਲੇਕਿਨ ਇਹਦਾ ਮੂਲ ਕਾਰਨ ਹੈ ਕਿ ਸਾਡੀ ਪਰਸਨਲ ਹਾਈਜੀਨ ਵਗਰਾ ਸਹੀ ਠੀਕ ਰੱਖਿਏ ਔਰ ਆਪਣੀ ਇਮਿਊਨਿਟੀ ਨੂੰ ਬੜਾਈਏ ਇਮਿਊਨਿਟੀ ਵੱਧਦੀ ਹੈ ਆਪਣੇ ਸ਼ਕਤੀਸ਼ਾਲੀ ਸੋਚ ਨਾਲ ਜਿੰਨਾ ਸ਼ਕਤੀਸ਼ਾਲੀ ਸੋਚ ਰਹੇਗੀ ਉਤਨਾ ਤੁਹਾਡੀ ਇਮਿਊਨਿਟੀ ਵਧੇਗੀ ਕਿਉਂਕਿ ਖਾਣਾ ਪੀਣਾ ਪੰਜਾਬੀਆਂ ਦਾ ਤੇ ਬੜਾ ਸੋਹਣਾ ਹੀ ਕੋਈ ਗੜਬੜ ਨਹੀਂ ਹੈ ਪਰ ਵੈਜੀਟੇਰੀਅਨ ਖਾਣਾ ਖਾਣਾ ਇਹ ਜ਼ਰਾ ਖਿਆਲ ਰੱਖਣਾ ਅਸੀਂ ਲਸਣ ਪਿਆਜ਼ ਨਹੀਂ ਖਾਂਦੇ ਕਿਉਂਕਿ ਉਹ ਤਾਮਸਿਕ ਚੀਜ਼ ਮੰਨੀ ਜਾਂਦੀ ਹੈ ਕਈ ਲੋਕ ਇਹਦੇ ਤੇ ਬੜਾ ਕਰਕੇ ਉਹ ਕੁਐਸਚਨ ਕਰਦੇ ਆ ਇਹਦੇ ਚ ਕੀ ਹੈ ਇਹ ਵੀ ਤੇ ਸਬਜ਼ੀ ਆ ਲੇਕਿਨ ਸਬਜ਼ੀਆਂ ਚ ਵੀ ਕਈ ਇਹੋ ਜਿਹੀ ਸਬਜ਼ੀਆਂ ਆ ਗਈਆਂ ਜਿਹੜੀਆਂ ਤਮੋਗੁਣੀ ਆ ਗਿਆ ਤੇ ਅਸੀਂ ਉਹਨਾਂ ਨੂੰ ਛੱਡ ਦਿੰਨੇ ਆ ਬੜਾ ਸੁਆਦਿਸ਼ਟ ਖਾਣਾ ਬਣਦਾ ਇਹ ਅੱਗੇ ਚ ਉਹਦੇ ਚ ਕੋਈ ਲਸਣ ਨਹੀਂ ਕੋਈ ਪਿਆਜ਼ ਨਹੀਂ ਕੁਛ ਨਹੀਂ ਲੇਕਿਨ ਲਿਮਿਟ ਚ ਖਾਣਾ ਚਾਹੀਦਾ ਇਹ ਵੀ ਨਹੀਂ ਕਿ ਭਈ ਤੁਹਾਨੂੰ ਭੁੱਖ ਲੱਗੀ ਆ ਦੋ ਰੋਟੀ ਦੀ ਤੇ ਤੁਸੀਂ ਖਾ ਲਓ 6 ਰੋਟੀਆਂ ਤੇ ਫਿਰ ਤੇ ਉਹਦਾ ਅਸਰ ਤੇ ਕੁਝ ਤੇ ਹੋਏਗਾ ਨਾ ਮੋਟੇ ਹੋ ਜਾਣਗੇ ਉਹਦਾ ਹਾਰਟ ਤੇ ਅਸਰ ਆ ਜਾਏਗਾ ਹਾਰਟ ਵੀਕ ਹੋ ਗਿਆ ਤੇ ਫਿਰ ਕਰੋਨਾ ਜੇ ਕਰੋਨਾ ਦਾ ਰੋਣਾ ਤੇ ਜ਼ਰੂਰ ਹੋਏਗਾ ਫਿਰ ਹੋਰ ਕੀ ਕਹੀਏ ਹਾਂਜੀ ਜੀ ਪਾਜੀ ਇੱਕ 6th ਕਲਾਸ ਚ ਬੱਚੀ ਹੈ ਉਹ ਤੁਹਾਡਾ ਪ੍ਰੋਗਰਾਮ ਦੇਖਦੀ ਉਹ ਬੋਲਦੀ ਅੱਜਕੱਲ ਕਰੋਨਾ ਚ ਸਾਡੇ ਸਕੂਲ ਬੰਦ ਹੈ ਖੇਲਣਾ ਬਾਹਰ ਨਿਕਲਣਾ ਸਭ ਬੰਦ ਹੈ ਤਾਂ ਮੈਂ ਮੁਰਲੀ ਵੀ ਪੜਦੀ ਪਰ ਮੁਰਲੀ ਵੀ ਉਤਨਾ ਸਮਝ ਨਹੀਂ ਆਂਦੀ ਤੇ ਮੈਂ ਕਿਦਾਂ ਮਤਲਬ ਬਾਬੇ ਨੂੰ ਯਾਦ ਕਰਾਂ ਕਿਦਾਂ ਮਤਲਬ ਆਪਣੇ ਘਰ ਚ ਰਹਿ ਕੇ ਕੀ ਕਰ ਸਕਦੀ ਮੈਂ ਮਤਲਬ ਬਹੁਤ ਛੋਟੀ ਬੱਚੀ ਹਾਂ ਨਾ ਕੀਏ ਨਾਨੇਹਾ 네하 ਵਾ ਤੇ 네ਹਾ ਤ ਨਾ ਹੀ ਬੜਾ ਸੋਹਣਾ ਹੈ ਤੁਸੀਂ ਆਪਣੇ ਨਾ ਦੇ ਬਾਰੇ ਵਿੱਚ ਸੋਚੋ ਹਾਂ ਉਹਦੇ ਉੱਪਰ ਕੋਈ ਕਵਿਤਾ ਲਿਖੋ ਕੋਈ ਗੀਤ ਲਿਖੋ ਕਿਉਂਕਿ ਤੁਸੀਂ ਜਾਣਦੇ ਹੋ ਜਾਂ ਨਹੀਂ ਜਿੰਨੇ ਵੀ ਵੱਡੇ ਲੇਖਕ ਹੋਏ ਨੇ ਜਿੰਨੇ ਵੀ ਵੱਡੇ ਕਵੀ ਹੋਏ ਨੇ ਜਿੰਨੇ ਵੀ ਵੱਡੇ ਡਾਂਸਰ ਹੋਏ ਆ ਉਹ ਬੜੀ ਪ੍ਰੈਕਟਿਸ ਕਰਦੇ ਸੀ ਔਰ ਪ੍ਰੈਕਟਿਸ ਕਲਿਆਣ ਕਰਨੀ ਪੈਂਦੀ ਆ ਇਹ ਤੇ ਸਾਨੂੰ ਮੌਕਾ ਮਿਲਿਆ ਹੁਣ ਪ੍ਰੈਕਟਿਸ ਕਰਨ ਦਾ ਕਿ ਅਸੀਂ ਇਕਾਂਤ ਚ ਰਹਿ ਕਰਕੇ ਬਾਗ ਵਿੱਚ ਬਗੀਚੇ ਚ ਫੁੱਲਾਂ ਦੇ ਨਾਲ ਗੱਲ ਕਰੀਏ ਹਾਂ ਮੈਂ ਤਾਂ ਬੜਾ ਮौज ਕਰਦਾ ਤੁਹਾਨੂੰ ਦੱਸ ਦਿਆਂ ਮੈਂ ਸਾਡੇ ਬਗੀਚੇ ਚ ਕਈ ਕਈ ਪ੍ਰਕਾਰ ਦੀ ਚਿੜੀਆ ਹੁੰਦੀ ਆ ਗਲੈਰੀ ਆਉਂਦੀ ਆ ਉਹਨਾਂ ਦੇ ਵਾਸਤੇ ਥੋੜਾ ਦਾਣਾ ਪਾਣੀ ਡਾਲੀਦਾ ਔਰ ਉਹਨਾਂ ਦੇ ਨਾਲ ਗੱਲ ਕਰਦੇ ਆ ਤੁਹਾਨੂੰ ਖੁਸ਼ੀ ਹੋਏਗੀ ਸੁਣ ਕਰਕੇ ਅੱਜ ਕੱਲ੍ਹ ਗਰਮੀ ਦੇ ਦਿਨ ਹੈ ਕੋਇਲ ਆਉਂਦੀ ਆ ਤੇ ਕੋਇਲ ਇੰਤਜ਼ਾਰ ਕਰਦੀ ਹੈ ਮੈਂ ਜਦੋਂ ਸਵੇਰੇ ਤਿਆਰ ਹੋ ਕੇ ਬਾਹਰ ਨਿਕਲਦਾ ਹਾਂ ਤੇ ਉਹ ਆਵਾਜ਼ ਕਰਨ ਲੱਗ ਪੈਂਦੀ ਹੈ ਫਿਰ ਮੈਂ ਉਹਨੂੰ ਦੇਖਦਾ ਹਾਂ ਫਿਰ ਉਹਨੂੰ ਹੱਥੇ ਲਾਉਣਾ ਹੈ ਔਰ ਫਿਰ ਇੱਕ ਵਾਰ ਨਹੀਂ ਘੱਟ ਤੋਂ ਘੱਟ 3-4 ਮਿੰਟ ਉਹਦੇ ਨਾਲ ਦੇ ਫਰਾਂ ਗੱਲਾਂ ਵੀ ਕਰਦਾ ਤੇ ਉਹਦੇ ਕਰਕੇ ਮੇਰਾ ਤੇ ਮਨ ਇਤਨਾ ਖੁਸ਼ ਹੋ ਜਾਂਦਾਈ ਮੈਂ ਤੁਹਾਨੂੰ ਕੀ ਦੱਸਾਂ ਔਰ ਉਹ ਰੋਜ਼ ਸਵੇਰੇ ਔਰ ਰੋਜ਼ ਸ਼ਾਮੀ ਮਿਲਣ ਵਾਸਤੇ ਆਉਂਦੀ ਹੈ ਸਾਹਮਣੇ ਪੀੜ ਤੇ ਆ ਕੇ ਬੈਠ ਜਾਂਦੀ ਔਰ ਆਵਾਜ਼ ਕਰਦੀ ਫਿਰ ਮੈਂ ਜਦੋਂ ਸਾਹਮਣੇ ਆਉਣਾ ਹੀ ਔਰ ਹੱਥੇ ਲਾਉਣਾ ਹੀ ਤੇ ਹੋਰ ਜ਼ਿਆਦਾ ਆਵਾਜ਼ ਕਰਦੀ ਔਰ ਬੜਾ ਆਨੰਦ ਆਉਂਦਾ ਹੈ ਤੇ ਥੋੜਾ ਜਿਹਾ ਆਪਣੇ ਆਪ ਨੂੰ ਸਮੇਂ ਦੇ ਅਨੁਸਾਰ ਕਿਉਂਕਿ ਲਾਕਡਾਊਨ ਚ ਇਹ ਜ਼ਰੂਰ ਹੈ ਕਿ ਅਗਰ ਤੁਸੀਂ ਬਾਹਰ ਜਾਣਗੇ ਹੋ ਤੁਹਾਡੇ ਵਿਚਾਰ ਬੜੇ ਅੱਛੇ ਹੈ ਤੁਹਾਡੀ ਆਪਣੀ ਪਰਸਨਲ ਹਾਈਜੀਨ ਬਹੁਤ ਅੱਛੀ ਹੈ ਸਵੱਛਤਾ ਹੈ ਸਭ ਕੁਝ ਹੈ ਖਾਣ ਪਣ ਦਾ ਬੜਾ ਪਰਹੇਜ਼ ਹੈ ਫਿਰ ਵੀ ਇਮਿਊਨਿਟੀ ਘਟ ਹੋਣ ਕਰਕੇ ਕਦੀ ਉਹਦਾ ਅਸਰ ਹੋ ਸਕਦਾ ਤੇ ਇਸ ਕਰਕੇ ਸਭ ਤੋਂ ਮਜ਼ੇਦ ਦੀ ਗੱਲ ਇਹ ਹੈ ਕਿ ਜਦੋਂ ਕੋਈ ਵੀ ਚੁਣੌਤੀ ਆਉਂਦੀ ਹੈ ਤੇ ਉਸ ਨੂੰ ਅਪਰਚੂਨਿਟੀ ਮਾਨ ਕਰਕੇ ਚਲੋ ਕਿ ਇਹ ਮੇਰੇ ਮੈਨੂੰ ਇੱਕ ਮੌਕਾ ਮਿਲ ਗਿਆ ਹੈ ਕਿ ਮੈਂ ਕੁਝ ਹੋਰ ਨਵਾਂ ਕਰਾਂ ਔਰ ਨਵਾਂ ਕਰਨਾ ਕੀ ਹੈ ਨਵੇਂ ਵਿਚਾਰਾਂ ਦੇ ਨਾਲ ਨਹੀਂ ਨਹੀਂ ਕਵਿਤਾ ਲਿਖੋ ਨਵੇਂ-ਨਵੇਂ ਗੀਤ ਲਿਖੋ ਨੇ ਨੇ ਡਾਂਸ ਕਰਨਾ ਸਿੱਖੋ ਤੁਹਾਨੂੰ ਮਜ਼ਾ ਆਏਗਾ ਔਰ ਤੁਸੀਂ ਅੱਜ ਜਿਹੜੇ ਛਟੀ ਚ ਪੜ ਰਹੇ ਹੋ ਜਦੋਂ ਤੁਸੀਂ ਆਪਣੀ ਪੜਾਈ ਗ੍ਰੈਜੂਏਸ਼ਨ ਤਾਈ ਕਰ ਲੈਣਗੇ ਤੇ ਤੁਹਾਡੇ ਜਿਆ ਬ੍ਰਾਈਟ ਬੱਚਾ ਕੋਈ ਨਹੀਂ ਹੋਵੇਗਾ ਹਾਂ ਪਾਜੀ ਜੀ ਪਾਜੀ ਫਰਿਸ਼ਤਾ ਬਣਨੇ ਵਾਸਤੇ ਕਿਹੜਾ ਜਿਹੜਾ ਸੰਬੰਧ ਅਸੀਂ ਮੁਕਤ ਹੋ ਜਾਵੇ ਸਾਰੇ ਰਿਸ਼ਤੇ ਭਗਵਾਨ ਨਾਲ ਜਿੰਨਾ ਜਿੰਨੇ ਰਿਸ਼ਤੇ ਆ ਸਾਡੇ ਤੋਂ ਮਾਤ ਪਿਤਾ ਔਰ ਬੰਦੂ ਸਖਾ ਜੋ ਵੀ ਹੈ ਜੀ ਇਹਦੇ ਬਾਰੇ ਵਿੱਚ ਅਸੀਂ ਜਦੋਂ ਸ਼੍ਰੀਮਦ ਭਗਵਤ ਗੀਤਾ ਖੋਲ ਕਰਕੇ ਪੜ੍ਹਨ ਲੱਗਦੇ ਹਾਂ ਨਾ ਤੇ ਉਹਦੇ ਵਿੱਚ ਸ਼ੁਰੂ ਚ ਹੀ ਇਹ ਲਿਖਿਆ ਹੁੰਦਾ ਤਮੇਵ ਮਾਤਾਸਚ ਪਿਤਾ ਤਮੇਵ ਤਮੇਵ ਬੰਦੂਚ ਸਖਾ ਤਮੇ ਤਮੇਵ ਵਿਦਿਆ ਦਰਵਣਮ ਤਮੇ ਤਵੇਂ ਮਮ ਦੇਵ ਦੇ ਸਭ ਮੇਰਾ ਸਭ ਕੁਝ ਤੁਸੀਂ ਹੈ ਜੋ ਪਰਮਾਤਮਾ ਦੇ ਬਾਰੇ ਚ ਤੇ ਅਗਰ ਕੋਈ ਉਸ ਚੀਜ਼ ਉਹਦੇ ਅਰਥ ਨੂੰ ਸਮਝ ਜਾਏ ਤੇ ਆਪਣਾ ਸਾਰਾ ਹੀ ਹਰ ਪ੍ਰਕਾਰ ਦਾ ਰਿਸ਼ਤਾ ਮਾਂ ਆਪ ਪਿਤਾ ਬਾਪ ਦਾਦਾ ਸਭ ਕੁਝ ਨੂੰ ਨੂੰ ਮੰਨ ਤੁਹਾਨੂੰ ਬੜਾ ਹੀ ਮਜ਼ਾ ਆਏਗਾ ਉਹਦੇ ਚ ਹਰ ਕਦਮ ਤੇ ਵਾਏ ਗੁਰੂ ਯਾਦ ਆਏ ਔਰ ਕੁਛ ਨਹੀਂ ਆਏਗਾ ਵੈਸੇ ਮੈਂ ਦੇਖਿਆ ਹੀ ਪੰਜਾਬ ਚ ਕਈ ਭਾਈ ਕਈ ਪੈਣਾ ਭਾਵੇਂ ਉਹਦੇ ਅਰਥ ਨੂੰ ਸਮਝਣ ਨਾ ਸਮਝਣ ਉਹ ਚਲਦੇ ਫਿਰਦੇ ਵਾਹਿਗੁਰੂ 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 ਉਹਨਾਂ ਦੇ ਮੁਖ ਤੋਂ ਨਿਕਲਦਾ ਹੀ ਵਾਹਿਗੁਰੂ ਹੈ ਤੇ ਵਾਹਿਗੁਰੂ ਵਾਹ ਵਾ ਜਿਸ ਦੀ ਅਸੀਂ ਕਰਦੇ ਉਹ ਕੌਣ ਕਿਹੜਾ ਗੁਰੂ ਹੈ ਉਹ ਹੈ ਉਹ ਪਰਮਾਤਮਾ ਸਤਗੁਰੂ ਏਕ ਓੰਕਾਰ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਬੜਾ ਕਲੀਅਰ ਸਮਝਾਇਆ ਏਕ ਓੰਕਾਰ ਓਮ ਦਾਕਾਰ ਤੇ ਉਸ ਨੂੰ ਅਸੀਂ ਕਹਿੰਦੇ ਆ ਸ਼ਿਵ ਬਾਬਾ ਪਰਮਾਤਮਾ ਸ਼ਿਵ ਤੇ ਅਸੀਂ ਉਹਨਾਂ ਦੇ ਬੱਚੇ ਆ ਅਗਰ ਸਾਡਾ ਮਨ ਉਹਨਾਂ ਨਾਲ ਲੱਗਿਆ ਰਹੇ ਕੋਈ ਡਰ ਦੀ ਗੱਲ ਹੀ ਨਹੀਂ ਹੈ ਜੀ ਬਾਜੀ ਇੱਕ ਗ੍ਰਸਤ ਪਰਿਵਾਰ ਚ ਯੁਗਲ ਹੈ ਦੋਨੋਂ ਗਿਆਨ ਚ ਚੱਲਦੇ ਲੇਕਿਨ ਉਹਨਾਂ ਦਾ ਪ੍ਰਸ਼ਨ ਇਹ ਹੈ ਕਿ ਚੰਦਰ ਗ੍ਰਹਿਣ ਤੇ ਨਾਲੇ ਸੂਰਜ ਗ੍ਰਹਿਣ ਕੀ ਇਹ ਗ੍ਰਹਿਣ ਬ੍ਰਾਹਮਣ ਆਤਮਾ ਨੂੰ ਵੀ ਪ੍ਰਭਾਵਿਤ ਕਰਦੀ ਸਭ ਨੂੰ ਪ੍ਰਭਾਵਿਤ ਕਰਦੇ ਆ ਜਾਨ ਬੋਝ ਕਰਕੇ ਨਾ ਤੇ ਚੰਦਰ ਗ੍ਰਹਿਣ ਦੀ ਤਰਫ ਦੇਖੋ ਔਰ ਨਾ ਸੂਰਜ ਗ੍ਰੈਂਡ ਦੀ ਤਰਫ ਦੇਖੋ ਨਹੀਂ ਤੇ ਤੁਹਾਡੇ ਅੱਖਾਂ ਤੇ ਅਸਰ ਪਏਗਾ ਔਰ ਉਹਦਾ ਅਸਰ ਬਾਕੀ ਸਰੀਰ ਤੇ ਪਏ ਉਹ ਅਲੱਗ ਚੀਜ਼ ਹੈ ਲੇਕਿਨ ਸਾਇੰਟਿਸਟ ਵੀ ਕੀ ਕਹਿੰਦੇ ਆ ਸਿੱਧਾ ਨਾ ਉਹਦੀ ਤਰਫ ਦੇਖੋ ਉਹਦੇ ਵਾਸਤੇ ਕਈ ਤਰੀਕੇ ਅਲੱਗ-ਅਲੱਗ ਦਿੰਦੇ ਆ ਚਸ਼ਮੇ ਇਹੋ ਜਿਹੇ ਦਿੰਦੇ ਆ ਜਾਂ ਥਾਲੀ ਚ ਪਾਣੀ ਰੱਖ ਕਰਕੇ ਉਹਦੇ ਚ ਦੇਖਣ ਦੀ ਲੇਕਿਨ ਉਹ ਵੀ ਬੜਾ ਬਹੁਤ ਤੇਜ਼ ਹੁੰਦਾ ਇਹ ਦੇਖਿਆ ਹੋਇਆ ਹੀ ਇਸ ਕਰਕੇ ਤੁਸੀਂ ਇਹ ਮੰਨ ਕੇ ਚਾ ਉਹ ਉਹ ਸਾਡੇ ਵਾਸਤੇ ਫਾਇਦੇ ਦੀ ਚੀਜ਼ ਨਹੀਂ ਹੈ ਉਧਰ ਦੇਖ ਇੱਕ ਕਿਰੌਸਿਟੀ ਹੁੰਦੀ ਹੈ ਬਈ ਦੇਖੇ ਕਿ ਕਿਸ ਤਰ੍ਹਾਂ ਲੱਗਦਾ ਹੈ ਲੱਗਣਾ ਤੇ ਹੋਈ ਹੈ ਜਿਸ ਤਰ੍ਹਾਂ ਜਦੋਂ ਬਦਲਾਂ 'ਚ ਥੋੜਾ ਜਿਹਾ ਦੇਖਣ ਚਾਹੁੰਦਾ ਹੀ ਸੂਰਜ ਤੇ ਕਿਸ ਤਰ੍ਹਾਂ ਲੱਗਦਾ ਹੈ ਔਰ ਉਹ ਜਦੋਂ ਪੂਰਾ ਹੀ ਟੱਕਿਆ ਜਾਂਦਾ ਹੀ ਸ੍ਰਿਸ਼ਟੀ اور ਕੀਕੀਏ ਨੂੰ ਚੰ드ਰਮਾ ਦੇ ਕਨੈਕਸ਼ਨ ਜਦੋਂ ਆਉਂਦੇ ਆ ਸੂਰਜ ਦੇ ਅੱਗੇ ਜਾਂ ਤੇ ਚੰ드ਰਮਾ ਆ ਜਾਏਗਾ ਜਾਂ ਸ੍ਰਿਸ਼ਟੀ ਆ ਜਾਏਗੀ ਤੇ ਉਹ ਟੱਕ ਜਾਂਦਾ ਈ ਟੱਕ ਜਾਂਦਾ ਈ ਤੇ ਫਿਰ ਇੱਕ ਲਾਈਨ ਜਿਹੀ ਨਜ਼ਰ ਆਉਂਦੀ ਹੈ ਹਨੇਰਾ ਨਜ਼ਰ ਆਉਂਦਾ ਈ ਲੇਕਿਨ ਉਹ ਅਲਟਰਾ ਵਾਇਲਟ ਰੇਜ਼ ਇਤਨੀ ਤਿੱਖੀ ਹੁੰਦੀ ਹੈ ਕਿ ਅਗਰ ਉਸ ਵੇਲੇ ਕਿਸੇ ਨੇ ਉਹਨੂੰ ਦੇਖਿਆ ਤੇ ਅੱਖਾਂ ਤੇ ਅਸਰ ਹੋ ਜਾਏਗਾ ਇਸ ਕਰਕੇ ਜਾਣ ਬੁੱਝ ਕਰਕੇ ਆਪਣੇ ਆਪ ਨੂੰ ਤਕਲੀਫ ਨਹੀਂ ਦੇਣੀ ਹੈ ਜੀ ਪਾਜੀ ਇੱਕ 12th ਸਟੈਂਡਰਡ ਦਾ ਬੱਚਾ ਹੈ ਉਹ ਸਾਇੰਸ ਪੜਦਾ ਉਹ ਨੇ ਤੁਹਾਡਾ ਪ੍ਰੋਗਰਾਮ ਦੇਖਿਆ ਤੇ ਉਹ ਪੁੱਛਦਾ ਕਿ ਭਾਜੀ ਤੁਹਾਨੂੰ ਗਿਆਨ 'ਚ ਚਲਦੇ ਹੋਏ ਕਾਫੀ ਸਮਾਂ ਹੋ ਗਿਆ ਤੇ ਇਸ ਗਿਆਨ 'ਚ ਕਈ ਲੋਕ ਆਏ ਵੀ ਤੇ ਨਾਲੇ ਚਲੇ ਵੀ ਗਏ ਤਿੰਨ ਚਾਰ ਵਾਰ ਵਿਨਾਸ਼ ਦੀ ਜਿਹੜੀ ਤਾਰੀਖ ਹੈ ਉਹ ਸਾਹਮਣੇ ਨਹੀਂ ਆਈ ਇਸ ਵਜ੍ਹਾ ਤੇ ਜਿਹੜੇ ਇਸ ਸੰਸਥਾ 'ਚ ਆਏ ਲੋਕੋ ਲੋਕੀ ਉਹ ਛੱਡ ਕੇ ਚਲੇ ਗਏ ਕੀ ਤੁਹਾਡਾ ਵਿਸ਼ਵਾਸ ਨਹੀਂ ਡਗਮਗਾਇਆ ਕਦੇ ਮੇਰਾ ਵਿਸ਼ਵਾਸ ਇੱਕ ਐਕਸਪੀਰੀਅੰਸ ਦੇ ਆਧਾਰ ਤੇ ਹੈਗਾ ਅਨੁਭਵ ਦੇ ਆਧਾਰ ਤੇ ਪਹਿਲੀ ਗੱਲ ਕਿ ਮੈਂ ਗਿਆਨ ਲਿਆਈ ਤੇ ਕੋਈ ਵਿਨਾਸ਼ ਦੇ ਡਰ ਦੇ ਕਾਰਨ ਨਹੀਂ ਲਿਆਈ ਪਹਿਲੀ ਗੱਲ ਮੈਂ ਖੋਜ ਕਰ ਰਿਹਾ ਸੀ ਕਿ ਮੈਨੂੰ ਆਪਣੇ ਆਪ ਦਾ ਪੂਰਾ ਯਥਾਰਥ ਗਿਆਨ ਚਾਹੀਦਾ ਹੈ ਸੈਲਫ ਰਿਅਲਾਈਜੇਸ਼ਨ اور ਦੂਸਰਾ ਪਰਮਾਤਮਾ ਪਿਤਾ ਦਾ ਗਿਆਨ ਚਾਹੀਦਾ ਤੀਸਰਾ ਕਰਮਾ ਦੀ ਗਹਿਨ ਗਤੀ ਦਾ ਗਿਆਨ ਚਾਹੀਦਾ ਚੌਥਾ ਇਸ ਸ੍ਰਿਸ਼ਟੀ ਦੇ ਆਦਮ ਦੇ ਅੰਤ ਦੇ ਬਾਰੇ ਚ ਗਿਆਨ ਚਾਹੀਦਾ ਇਹ ਸਾਰੀਆਂ ਗੱਲਾਂ ਦਾ ਜਵਾਬ ਮਿਲਿਆ ਮੈਨੂੰ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵਵਿਦਿਆਲੇ ਚ ਸਟੂਡੈਂਟ ਲਾਈਫ ਚ ਮੈਂ ਅਜੇ ਤਾਈਂ ਵੀ ਸਟੂਡੈਂਟ ਹੈਗਾ ਹਾਂ 61 ਸਾਲ ਹੋ ਗਏ ਨੇ ਪਰ ਮੈਂ ਅੱਜ ਦਿਨ ਤਾਈਂ ਵੀ ਸਟੂਡੈਂਟ ਹੀ ਹੈ ਗਈ ਲੇਕਿਨ ਕਿਸ ਚੀਜ਼ ਦਾ ਸਟੂਡੈਂਟ ਇਹ ਥੋੜਾ ਜਿਹਾ ਤੁਹਾਨੂੰ ਸੋਚਣਾ ਪਏਗਾ ਅਸੀਂ ਵਿਨਾਸ਼ ਵਾਸਤੇ ਨਹੀਂ ਗਿਆਨ ਲੈ ਰਹੇ ਵਿਨਾਸ਼ ਆਉਣਾ ਹੀ ਨਹੀਂ ਆਉਣਾ ਹੀ ਵਿਨਾਸ਼ ਜਾਣਾ ਹੀ ਨਹੀਂ ਜਾਣਾ ਹੀ ਉਹਦੀ ਫਿਕਰ ਨਹੀਂ ਹੈ ਮੈਂ ਆਤਮਾ ਆਪਣੇ ਵਸਤਵਿਕ ਸੰਪੂਰਨ ਸਰੂਪ ਚ ਆਇਆ ਜਾਂ ਨਹੀਂ ਆਇਆ ਅਜੇ ਤੱਕ ਮੈਂ ਪਰਮਾਤਮਾ ਪਿਤਾ ਦਾ ਬੱਚਾ ਬਾਪ ਸਮਾਨ ਬਣਿਆ ਜਾਂ ਨਹੀਂ ਬਣਿਆ ਅਜੇ ਤੱਕ ਉਹਨਾਂ ਦੀ ਸ਼ਕਤੀਆਂ ਉਹਨਾਂ ਦੇ ਗੁਣ ਜਿਹੜੇ ਮੇਰੇ ਚ ਆਏ ਜਾਂ ਨਹੀਂ ਆਏ ਤੇ ਸਾਡਾ ਤੇ ਦਿਮਾਗ ਹੀ ਦੂਜੇ ਪਾਸੇ ਹੈ ਲੜਾਈ ਝਗੜੇ ਦੁਨੀਆ ਚ ਬਹੁਤ ਹੁੰਦੇ ਆ ਔਰ ਬਾਬਾ ਨੇ ਤੇ ਬੜਾ ਸਾਫ਼ ਕਿਹਾ ਹੀ ਕੇ ਅੰਤ ਸਮੇਂ ਵਿਨਾਸ਼ ਕਾਲੇ ਵਿਪਰੀਤ ਬੁੱਧੀ ਵਿਨਸ਼ਯੰਤੇ ਜੋ ਵਿਪਰੀਤ ਜਿਨ੍ਹਾਂ ਦਾ ਬੁੱਧੀ ਯੋਗ ਪਰਮਾਤਮਾ ਦੇ ਨਾਲ ਨਹੀਂ ਹੈਗਾ ਉਹ ਆਪਸ ਚ ਲੜ ਕਰਕੇ ਮਰ ਜਾਣਗੇ ਲੇਕਿਨ ਜਿਨ੍ਹਾਂ ਨੂੰ ਵਿਸ਼ਵਾਸ ਹੈ ਪਰਮਾਤਮਾ ਪਿਤਾ ਤੇ ਤੇ ਉਹ ਵਿਨਾਸ਼ ਕਾਲੇ ਪ੍ਰੀਤ ਬੁੱਧੀ ਵਿਜਯੰਤੇ ਉਹਨਾਂ ਦੀ ਵਿਜੇ ਹੁੰਦੀ ਹੈ ਸਤਿਯੁਗੀ ਦੇਵੀ ਦੇਵਤਾ ਕੌਣ ਬਣਨਗੇ ਜਿਹੜੇ ਅੰਤ ਤਾਈਂ ਪਰਮਾਤਮਾ ਦੇ ਨਾਲ ਮਨ ਲਗਾ ਕਰਕੇ ਔਰ ਆਪਣੇ ਆਪਣੇ ਉੱਪਰ ਵਿਜਈ ਹੋਣ ਇਹ ਨਹੀਂ ਦੁਨੀਆ ਵਰਤੀ ਪਰ ਜੇ ਉਹ ਕਿਹਾ ਜਾਂਦਾ ਹੈ ਕਿ ਮਨ ਜੀਤੇ ਜਗਤ ਜੀਤ ਮਨ ਜੀਤੇ ਜਗਤ ਜੀਤ ਦਾ ਮਤਲਬ ਕੀ ਹੈ ਕਿ ਆਪਣਾ ਜਿਹੜਾ ਮਨ ਹੈ ਬੁੱਧੀ ਹੈ ਸੰਸਕਾਰ ਹੈ ਉਹ ਸਾਰੇ ਬਦਲ ਕਰਕੇ ਸਤਿ ਪ੍ਰਧਾਨ ਬਣ ਜਾਣਾ ਆਸਰੀ ਸੰਸਕਾਰ ਖਤਮ ਹੋ ਜਾਣ ਔਰ ਦੇਵੀ ਸੰਸਕਾਰ ਪੂਰੇ ਪੂਰਨਤਾ ਆਪਣੇ ਚ ਪੱਕੇ ਹੋ ਜਾਣਾ ਜਦੋਂ ਇਹੋ ਜੀ ਸਥਿਤੀ ਆਏਗੀ ਔਰ ਉਸ ਕੌਨਸ਼ੀਅਸਨੈਸ ਚ ਜਦੋਂ ਅਸੀਂ ਸਰੀਰ ਛੱਡਾਂਗੇ ਤੇ ਕੀ ਬਣ ਗਏ ਮਾਨੁਸ ਤੇ ਦੇਵਤਾ ਕੀ ਇਹ ਕਰਤ ਨਾ ਲਾਗੇ ਵਾਰ ਜੀ ਤੇ ਪਾਦੀ ਜਿੱਦਾਂ ਤੁਸੀਂ ਬੋਲਦੇ ਕਿ ਇਹ ਤੁਹਾਡੀ ਗੁਰਬਾਣੀ ਇਹ ਨਾਲੇ ਗਿਆਨ ਤੇ ਕਿਹ ਗੁਰਬਾਣੀ ਗਿਆਨ ਨੂੰ ਗਿਆਨ ਦੇ ਬਾਦ ਆਂਦੀ ਜਾਂ ਗਿਆਨ ਗੁਰਬਾਣੀ ਚ ਲੈ ਕੇ ਆਂਦਾ ਗੁਰਬਾਣੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਵਿੰਦ ਦੁਆਰਾ ਉਚਾਰਨ ਕੀਤੀ ਹੋਈ ਹੈ ਜਾਂ ਹੋਰ ਜੋ ਗੁਰੂ ਹੋਏ ਨੇ ਔਰ ਸੰਤ ਵੀ ਹੋਏ ਨੇ ਤੇ ਉਹ ਗੁਰਬਾਣੀ a little اچھا جس طرح ਦੁਆਪਰ ਯੁਗ ਤੋਂ ਲੈ ਕਰਕੇ ਅਲੱਗ ਅਲੱਗ ਧਰਮ ਸਥਾਪਨ ਕਰਨ ਵਾਲੇ ਧਰਮ ਸਥਾਪਕ ਆਏ ਹਰ ਇੱਕ ਨੇ ਆਕਰ ਕੇ ਸਮੇਂ ਦੇ ਅਨੁਸਾਰ ਆਪਣਾ ਆਪਣਾ ਗਿਆਨ ਦਿੱਤਾ ਆਪਣੀ ਆਪਣੀ ਪ੍ਰੈਕਟਿਸ ਕਰਾਉਂਦੇ ਰਹੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਅਨੁਸਾਰ ਸਹਿਜ ਰਸਤਾ ਦੱਸ ਕੇ ਤੁਸੀਂ ਨਾਮ ਜਪੋ ਵੰਡ ਕੇ ਸਕੋ ਤੇ ਤੁਹਾਡਾ ਕਲਿਆਣ ਹੋਏਗਾ ਤੇ ਉਹ ਚੀਜ਼ ਜਿਹੜੀ ਹੈ ਦੇਖਿਆ ਗਿਆ ਕਿ ਉਹਦੇ ਚ ਵੀ ਸਿਨਸੀਅਰਲੀ ਲੋਕ ਨਹੀਂ ਰਹਿੰਦੇ ਮਾਫ ਕਰਨਾ ਮੈਂ ਅਕਾਲੀਆਂ ਦੇ ਘਰ ਚ ਜਨਮ ਲਿਆ ਹੋਇਆ ਮੈਨੂੰ ਪਤਾ ਹੀ ਬਹੁਤ ਕੁਝ ਦੁਨੀਆ ਨੂੰ ਦੇਖਿਆ ਹੋਇਆ ਲੇਕਿਨ ਇਹ ਵੀ ਦੇਖਿਆ ਈ ਕਿ ਅਗਰ ਕੋਈ ਵੀ ਧਰਮ ਅੱਜ ਅਗਰ ਕਾਇਮ ਹੈ ਇਸ ਸ੍ਰਿਸ਼ਟੀ ਤੇ ਤਾਂ ਉਹਦਾ ਕਾਰਨ ਹੈ ਕਿ ਉਸ ਧਰਮ ਦੇ ਜਿਹੜੇ ਅਨਿਆਇ ਹੁੰਦੇ ਆ ਫਾਲੋ ਕਰਨ ਵਾਲੇ ਹੁੰਦੇ ਆ ਉਹਨਾਂ ਦੀ ਜਿਹੜੀ ਧਾਰਨਾ ਹੁੰਦੀ ਹੈ ਉਹਦੇ ਕਰਕੇ ਉਹ ਧਰਮ ਚੱਲ ਰਹੇ ਨੇ ਲੇਕਿਨ ਉਹ ਤਾਕਤ ਨਹੀਂ ਰਹੀ ਜਿਹੜੀ ਸ਼ੁਰੂ ਚ ਹੁੰਦੀ ਹੈ ਪਹਿਲੇ ਸ਼ੁਰੂ ਸ਼ੁਰੂ ਚ ਹਰ ਧਰਮ ਹਰ ਆਤਮਾ ਸਤੋ ਪ੍ਰਧਾਨ ਹੁੰਦੀ ਫਿਰ ਧੀਰੇ 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 ਹੁਣ ਨਾ ਹੀ ਪੈ ਗਿਆ ਕਲਯੁਗ ਤੇ ਕਲਯੁਗ ਚ ਤੇ ਤਮੋ ਪ੍ਰਧਾਨਤਾ ਹੈਗੀ ਹੈ ਤੇ ਐਸ ਵੇਲੇ ਹੁਣ ਹੋਰ ਕੋਈ ਸ਼ਕਤੀ ਕੰਮ ਨਹੀਂ ਕਰਦੀ ਪਰਮਾਤਮਾ ਸਰਵ ਸ਼ਕਤੀਵਾਨ ਹੈ ਜਿਸ ਨੂੰ ਅਸੀਂ ਪਿਆਰ ਨਾਲ ਪਰਮ ਪਿਤਾ ਪਰਮਾਤਮਾ ਸ਼ਿਵ ਕਹਿ ਕਰਕੇ ਬੁਲਾਉਂਦੇ ਹਾਂ ਪਰਮਾਤਮਾ ਸ਼ਿਵ ਜਦੋਂ ਇਸ ਧਰਾਂ ਤੇ ਇਸ ਸ੍ਰਿਸ਼ਟੀ ਤੇ ਆਉਂਦੇ ਨੇ ਤੇ ਆ ਕਰਕੇ ਫਿਰ ਇਹੋ ਜਿਹਾ ਗਿਆਨ ਦਿੰਦੇ ਆ ਜਿਸ ਗਿਆਨ ਦੇ ਨਾਲ ਸਾਡੀਆਂ ਅੱਖਾਂ ਖੁੱਲਦੀਆਂ ਨੇ ਅਸੀਂ ਬੋਲਦੇ ਕੁਛ ਹੈ ਪ੍ਰੈਕਟੀਕਲ ਨਹੀਂ ਕਰਦੇ ਸਰੀਰ ਸਾਡਾ ਮਾਧਿਅਮ ਹੈ ਅਸੀਂ ਆਤਮਾ ਹੈਗੇ ਹਾਂ ਪਰ ਜਦੋਂ ਵੀ ਕੋਈ ਗੱਲ ਕਰਾਂਗੇ ਤੇ ਆਪਣੇ ਆਪ ਨੂੰ ਸਰੀਰ ਸਮਝ ਕੇ ਹੀ ਗੱਲ ਕਰਾਂਗੇ ਤੇ ਉਹ ਉਹਦੀ ਪ੍ਰੈਕਟਿਸ ਜਿਹੜੀ ਕਰਾਉਂਦੇ ਆ ਸ਼ੇ ਬਾਵਾ ਆਤਮ ਨਿਸ਼ਚੇ ਵਿੱਚ ਰਹਿਕਰ स्वयं को आत्मा जान मुझ पिता परमात्मा को याद करो अब ये प्रैक्टिकली कौन करता है बड़ी मेहनत है इसमें बड़ी बा, बारीकी है बड़ी सूक्ष्म बातें हैं तो इस करके इस चीज को थोड़ा जा सोच करके तो फिर जो चीज ऐसी चलो गुरु नानक देव जी दे कहनते भी नहीं कर पाए ਹੋਰ ਗੁਰੂਆਂ ਦੇ ਕਹਿਣ ਤੇ ਵੀ ਨਹੀਂ ਕਰ पाए ਹੋਰ ਸੰਤਾਂ ਦੇ ਕਹਿਣ ਤੇ ਵੀ ਨਹੀਂ ਕਰ पाए ਤੇ ਹੁਣ ਪਰਮਾਤਮਾ ਸਰਵ ਸ਼ਕਤੀवान ਹੈ ਤੇ ਉਹਨਾਂ ਦੇ ਨਾਲ ਮਨ ਲਗਾ ਕੇ ਆਪਣੇ ਮਨ ਨੂੰ ਇਤਨਾ ਸ਼ਕਤੀਸ਼ਾਲੀ ਬਣਾਈਏ ਕਿ ਅਸੀਂ ਜੋ ਅੱਛੀ ਅੱਛੀਆਂ ਗੱਲਾਂ ਗੁਰੂਆਂ ਨੇ ਸਿਖਾਈਆਂ ਜਾਂ ਜੋ ਸਾਨੂੰ ਹੁਣ ਪਰਮਾਤਮਾ ਡਾਇਰੈਕਟ ਸਿਖਾ ਰਿਹਾ ਉਹ ਸਾਡੇ ਜੀਵਨ ਚ ਪ੍ਰੈਕਟੀਕਲ ਲਾਈਫ ਚ ਆਉਣ ਤੇ ਸੁਖ ਕਿਨੂੰ ਮਿਲੇਗਾ ਜੋ ਪ੍ਰੈਕਟੀਕਲ ਲਾਈਫ ਚ ਆਏਗਾ ਤੇ ਸੁਖੀ ਤੇ ਅਸੀਂ ਹੋਵਾਂਗੇ ਨਾ ਦੂਸਰੇ ਨੂੰ ਵੀ ਸੁਖ ਮਿਲਦਾ ਹੀ ਐਸਾ ਨਹੀਂ ਕਿ ਮੈਂ ਮੈਂ ਸੁਖੀ ਹੋ ਜਾ ਦੂਸਰਾ ਨੂੰ ਦੁੱਖ ਹੋਏਗਾ ਬਲਕਿ ਮੇਰਾ ਜਿਹੜਾ ਵਾਯੂ ਮੰਡਲ ਹੋਏਗਾ ਮੇਰੀ ਜਿਹੜਾ ਬਾਤਚੀਤ ਹੋਏਗੀ ਮੇਰੇ ਜਿਹੜੀ ਦ੍ਰਿਸ਼ਟੀ ਹੋਏਗੀ ਵਰਤੀ ਹੋਏਗੀ ਮੇਰੀ ਜਿਹੜੀ ਕਿਰਤੀ ਹੋਏਗੀ ਉਹ ਸਾਰੀ ਸੁਖ ਦੇਣ ਵਾਲੀ ਹੋਏਗੀ ਕਿਉਂ ਪਰਮਾਤਮਾ ਦਾ ਹਾਂ ਵਾਏ ਗੁਰੂ ਦਾ ਸ਼ੇ ਬਾਵਾ ਦਾ ਹੁਕਮ ਹੈ ਸੁਖ ਦੋ ਸੁਖ ਲੋ ਸੁਖੀ ਰਹੋ ਔਰ ਸੁਖੀ ਸਭ ਕੋ ਬਨਾਓ ਇਹ ਇਹ ਇਤਨੀ ਅੱਛੀ ਅੱਛੀ ਗੱਲਾਂ ਹੈਗੀਆਂ ਜਦੋਂ ਅਸੀਂ ਸੁਣਦੇ ਆਂ ਤੇ ਬਹੁਤ ਦਿਲ ਚ ਖੁਸ਼ੀ ਹੁੰਦੀ ਹੈ ਮਨ ਪਰਫੁੱਲਿਤ ਹੋ ਜਾਂਦਾ ਹੈ ਪਰ ਫਿਰ ਦੁਨੀਆਦਾਰੀ ਦੇ ਝਗੜੇ ਚ ਪੈ ਜਾਂਦੇ ਆ ਭੁੱਲ ਜਾਂਦੇ ਆ ਤੇ ਇਸ ਕਰਕੇ 바ਵਾ ਕਹਿੰਦਾਈ 8 ਘੰਟੇ ਤੁਸੀਂ ਯਾਦ ਕਰੋ 8 ਘੰਟੇ ਆਰਾਮ ਕਰੋ 8 ਘੰਟੇ ਆਪਣਾ ਕਾਰੋਬਾਰ ਕਰੋ ਕਰ ਸਕਦੇ ਹੋ ਬੜਾ ਮੁਸ਼ਕਿਲ ਤੇ ਇਹਦੇ ਵਾਸਤੇ ਥੋੜਾ ਜਿਹਾ ਸਵੇਰੇ ਉੱਠਦੇ ਆਂ ਗੁੱਡ ਮਾਰਨਿੰਗ ਕਰੋ 바ਵਾ ਦੇ ਨਾਲ ਫਿਰ ਬਾਚ ਥੋੜਾ ਮਹਾਵਾਕਯ ਉਹਨਾਂ ਦੇ ਪੜੋ ਈਸ਼ਵਰੀ ਮਹਾਵਾਕਯ ਭਾਵੇਂ ਗੁਰਬਾਣੀ ਪੜੋ ਭਾਵੇਂ ਤੁਸੀਂ ਮੁਰਲੀ ਪੜੋ ਕੁਛ ਵੀ ਪੜੋ ਜਾਂ ਸੁਨੋ ਲੇਕਿਨ ਉਹਦੇ ਅਰਥ ਨੂੰ ਸਮਝੋ ਅਸੀਂ ਗੁਰਬਾਣੀ ਵੀ ਬਹੁਤ ਸੁਣਦੇ ਆ ਗੁਰਬਾਣੀ ਦਾ ਪਾਠ ਵੀ ਬਹੁਤ ਕਰਦੇ ਆ ਪਰ ਉਹਦੇ ਭਾਵ ਅਰਥ ਕਦੀ ਧਿਆਨ ਇਤਨਾ ਨਹੀਂ ਜਾਂਦਾ ਤੇ ਜੋ ਅਗਰ ਅਸੀਂ ਉਸ ਨੂੰ ਅਰਥ ਨੂੰ ਸਮਝ ਕਰਕੇ ਉਹਨੂੰ ਆਪਣੇ ਜੀਵਨ 'ਚ ਲਿਆਵਾਂਗੇ ਤਾਂ ਸਾਡਾ ਜੀਵਨ ਤੇ ਬੜਾ ਸੁੰਦਰ ਬਣ ਜਾਏਗਾ ਜਿਨ੍ਹਾਂ ਬਾਬਾ ਕਹਿੰਦੇ ਸੀ ਕਿ ਇਹ ਜੋ ਮੈਂ ਤੁਹਾਨੂੰ ਗਿਆਨ ਦੇ ਰਿਹਾ ਹਾਂ ਇਹ ਗਿਆਨ ਰਤਨ ਇੱਕ ਇੱਕ ਰਤਨ ਇਹਦੀ ਕੀਮਤ ਲੱਖਾਂ ਰੁਪਏ ਕਿਉਂਕਿ ਤੁਹਾਡਾ ਜੀਵਨ ਜਿਹੜੀ ਬਣਦੀ ਹੈ ਉਹ ਵੈਸੇ ਨਹੀਂ ਬਣੇਗੀ ਲੇਕਿਨ ਇਹ ਗਿਆਨ ਦੇ ذریعے ਤੁਹਾਡਾ ਜੀਵਨ ਇਤਨਾ ਸੁੰਦਰ ਬਣ ਜਾਂਦਾ ਇਤਨਾ ਪਾਵਨ ਬਣ ਜਾਂਦਾ ਇਤਨਾ ਸ੍ਰੇਸ਼ਟ ਬਣ ਜਾਂਦਾ ਇਤਨਾ ਗੁਣਵਾਨ ਬਣ ਜਾਂਦਾ ਹੈ ਤੇ ਇਹੋ ਜੀ ਜੀਵਨ ਜਿਹਦੀ ਬਣਦੀ ਜਾਏਗੀ ਤੋਂ ਉਹਦੀ ਜੀਵਨ ਤੇ ਅਮੁੱਲ ਹੋਏਗੀ ਉਹ ਬਿੰਕੋੜੀ ਬਾਦਸ਼ਾਹ ਹੋਏਗਾ ਮੈਂ ਤੇ ਇਹ ਕਹਾਂਗਾ ਬਿੰਕੋੜੀ ਬਾਦਸ਼ਾਹ ਇਸ ਕਰਕੇ ਤੁਸੀਂ ਵਾਹਿਗੁਰੂ ਦੇ ਨਾਲ ਮਨ ਲਗਾਓ ਮਨਮਨਾ ਭਾਵ ਹੋ ਕਰਕੇ ਰੋ ਉਹਨਾਂ ਦੀ ਆਗਿਆ ਦੇ ਅਨੁਸਾਰ ਆਪਣੇ ਜੀਵਨ ਨੂੰ ਪਾਵਨ ਬਣਾਓ ਪਵਿੱਤਰ ਬਣਾਓ ਜਿੱਥੇ ਪਵਿੱਤਰਤਾ ਹੈ ਉੱਥੇ ਸੁਖ ਸ਼ਾਂਤੀ ਹੈ ਜਿੱਥੇ ਅਪਵਿੱਤਰਤਾ ਹੈ ਉੱਥੇ ਦੁੱਖ ਹੈ ਸ਼ਾਂਤੀ ਹੈ ਉਹ ਸਿੱਧੀ ਗੱਲ ਓਮ ਸ਼ਾਂਤੀ